ਬਾਬੇ ਹੁਣ ਆਪਾਂ ਪਹੁੰਚੇ ਆ ਦਸ਼ਮੇਸ਼ ਮਲੇਰਕੋਟਲਾ ਤੇ ਇਹਨਾਂ ਦੀ ਪਹਿਲੇ ਨੰਬਰ ਤੇ ਦਾ ਜਿਹੜੀ ਬੇਲਰ ਰਾਉਂਡ ਬੇਲਰ ਖੜਾ ਜੀ ਇਹ ਤੇ 2 ਕੁਇੰਟਲ ਤੋਂ ਲੈ ਕੇ 6 ਕੁਇੰਟਲ ਤੱਕ ਗੱਠ ਬਣਾਉਂਦਾ ਜੀ ਇਹਦੇ ਵਿੱਚ ਵੀ ਇਹੀ ਏਸੀ ਕੈਬਨਾ ਸੇਮ ਇਹਦਾ ਸਾਈਜ਼ ਥੋੜਾ ਵੱਡਾ ਏ ਇਹਦਾ ਸਾਈਜ਼ ਥੋੜਾ ਛੋਟਾ ਟਿਲਟ ਸਟੇਅਰਿੰਗ ਆ ਜਿਵੇਂ ਜਿਹੜੀਆਂ ਬਾਹਰਲੀਆਂ ਮਸ਼ੀਨਾਂ ਨੇ 2-2 ਢਾਈ ਕਰੋੜ ਦੀਆਂ ਆਉਂਦੀਆਂ ਨੇ ਇਹਦੀ ਕੀਮਤ ਅੱਗੇ ਆ ਗਿਆ ਇਹਨਾਂ ਦਾ ਜੀ ਸੁਪਰ ਸੀਡਰ 8 ਫੁੱਟਾ ਸੋਰੇ ਚੱਲਦਾ ਰੂਲਾ ਉਹਨੂੰ ਵੀ ਐਕਸਟਰਾ ਗੇਅਰ ਲਾਇਆ ਪਿਆ ਸਕਿਓਰ ਬੇਲਰ ਆ ਨੋਰਮਲ ਆਪਣੇ ਪੰਜਾਬ 'ਚ ਚੱਲਦੀਆਂ ਨੇ ਉਹ ਮਸ਼ੀਨ ਕੜੀ ਆ ਜੀ ਇਹਨਾਂ ਦਾ ਲੇਜ਼ਰ ਕਰਾ ਜੀ ਲੇਜ਼ਰ ਕਰਾ ਹੈਗਾ ਇਹ ਔਗਰ ਆ ਤੁਸੀਂ ਟਾਈਮ 'ਤੇ ਖੋਲ੍ਹ ਸਕਦੇ ਹੋ ਪਹਿਲਾਂ ਖੋਲ੍ਹਣ ਦੀ ਲੋੜ ਨਹੀਂ ਇਹਨੂੰ ਜੈੱਕ ਲੱਗਿਆ ਪਿਆ ਜਿਵੇਂ ਬਾਹਰਲੀਆਂ ਮਸ਼ੀਨਾਂ ਨੇ ਉਹ ਚੀਜ਼ ਬਣਾਇਆ ਪਿਆ ਇਹ ਸਾਰੇ ਇੰਪਲੀਮੈਂਟ ਸੀ ਦਸ਼ਮੇਸ਼ ਮਲੇਰਕੋਟਲਾ ਤੁਹਾਨੂੰ ਦਿੰਦੇ ਹਾਂ ਇਹਨਾਂ ਦਾ ਕੰਟੈਕਟ ਨੰਬਰ ਜੇ ਤੁਸੀਂ ਕੋਈ ਸੇ ਆ ਗਿਆ ਮਿੱਤਰੋ ਇਹਨਾਂ ਦਾ ਰੀਪਰ ਜੀ ਰੀਪਰ ਇਹ ਵੀ ਅੱਗੇ ਆ ਕੇ ਇਹਨਾਂ ਦੇ ਰੋਟਾਵੇਟਰ ਜੀ ਤੁਸੀਂ ਰੋਟਾਵੇਟਰ ਦੇਖ ਲਓ ਜੀ ਆਹ ਕੜਤੇ ਬੱਟ ਇਹਨਾਂ ਨੇ ਇਹ ਬਣਾ ਤੀ ਰਿਕਾਰਡ ਤੋੜ ਮਤਲਬ ਜਿਵੇਂ ਹੌਲੈਂਡ ਬਾਹਰਲੀਆਂ ਮਸ਼ੀਨਾਂ ਆਉਂਦੀ ਇਹਨਾਂ ਨੇ ਵੀ ਜੀ ਵੈਕਿਊਮ ਮਸ਼ੀਨ ਬਣਾ ਤੀ ਹਵਾ ਵਾਲੀ ਦਸ਼ਮੇਸ਼ ਮਲੇਰਕੋਟਲਾ ਬਾਬੇ ਹੁਣ ਆਪਾਂ ਪਹੁੰਚੇ ਆ ਦਸ਼ਮੇਸ਼ ਮਲੇਰਕੋਟਲਾ ਤੇ ਇਹਨਾਂ ਦੀ ਪਹਿਲੇ ਨੰਬਰ ਤੇ ਦਾ ਜਿਹੜੀ ਬੇਲਰ ਰਾਉਂਡ ਬੇਲਰ ਖੜਾ ਜੀ ਮਾਸਕਰ ਮੋਸਟਰ 870 ਮਾਡਲ ਜੀ ਇਹ ਦਸ਼ਮੇਸ਼ ਮਲੇਰਕੋਟਲਾ ਪੰਜਾਬ ਦਾ ਤੇ ਇਹ ਤੇ 2 ਕੁਇੰਟਲ ਤੋਂ ਲੈ ਕੇ 6 ਕੁਇੰਟਲ ਤੱਕ ਗੱਠ ਬਣਾਉਂਦਾ ਜੀ ਠੀਕ ਆ ਜੀ ਤੇ ਇਹਦੇ ਵਿੱਚ ਨੈੱਟ ਚੱਲਦਾ ਏ ਤੇ ਇਹਨੂੰ ਚਲਾਉਣ ਲਈ ਕਮ ਸੇ ਕਮ 75 ਪਾਵਰ ਦਾ ਨੈੱਟ ਚਾਹੀਦਾ ਜੀ ਤੇ ਕੀਮਤ ਇਹਦੀ 45.5 ਲੱਖ ਰੁਪਈਆ ਜੀ ਇਸ ਤੋਂ ਅੱਗੇ ਗੱਲ ਕਰੀਏ ਇਹਨਾਂ ਨੂੰ ਨੈਸ਼ਨਲ ਅਵਾਰਡ ਵਿਨਰ ਨੇ ਇਹ ਅਤੇ ਇਹਨਾਂ ਦੀ ਆਮ ਜਿਹੜਾ ਸਕਿਓਰ ਬੇਲਰ ਆ ਨੋਰਮਲ ਆਪਣੇ ਪੰਜਾਬ 'ਚ ਚੱਲਦੀਆਂ ਨੇ ਉਹ ਮਸ਼ੀਨ ਕੜੀ ਆ ਜੀ ਅਤੇ ਇਹਦਾ ਰੇਟ ਹੈਗਾ 17.5 ਲੱਖ ਰੁਪਈਆ ਜੀ ਅਤੇ ਮੇਲੇ ਦਾ ਡਿਸਕਾਊਂਟ 50,000 ਰੁਪਈਆ ਦੇ ਰਹੇ ਨੇ ਤੁਹਾਡੇ ਸਾਹਮਣੇ ਲਿਖਿਆ ਹੋਇਆ ਜੀ ਬਹੁਤ ਵਧੀਆ ਸਾਰੀ ਕਵਰ ਮਸ਼ੀਨ ਆ ਜੀ ਉਸ ਤੋਂ ਅੱਗੇ ਆ ਗਿਆ ਇਹਨਾਂ ਦਾ ਲੇਜ਼ਰ ਕਰਾ ਜੀ ਲੇਜ਼ਰ ਕਰਾ ਹੈਗਾ ਇਹ 8 ਫੁੱਟ ਦੇ ਕਰੀਬ ਜੀ 7 ਫੁੱਟ ਦੇ ਅਤੇ ਇਹ ਮੇਲੇ 'ਤੇ ਹੈਗਾ ਊਂ ਵੈਸੇ ਪ੍ਰਾਈਜ਼ 3 ਲੱਖ ਪੂਰਾ ਜੀ ਮੇਲੇ 'ਤੇ 10,000 ਡਿਸਕਾਊਂਟ ਦੇਣਗੇ ਦੋਨੋਂ ਠੀਕ ਆ ਜੀ ਪੂਰਾ ਐਨ ਹੈਵੀ ਬਣਿਆ ਪਿਆ ਤੁਸੀਂ ਆਪ ਦੇਖ ਸਕਦੇ ਹੋ ਡਬਲ ਟਾਇਰ ਨੇ ਠੀਕ ਆ ਡਬਲ ਹਿੱਸਾ ਬੁਸ਼ ਬਸ਼ ਬੈਰਿੰਗ ਲਾ ਕੇ ਆ ਟੂਲ ਬਣਿਆ ਪਿਆ ਸਮਾਨ ਰੱਖਣ ਨੂੰ ਸਾਰਾ ਕੁਛ ਐਨ ਟੋਪ ਕਲਾਸ ਆ ਗਿਆ ਮਿੱਤਰੋ ਇਹਨਾਂ ਦਾ ਰੀਪਰ ਜੀ ਰੀਪਰ ਇਹ ਵੀ ਡਬਲ ਬਲੇਡ ਰੀਪਰ ਆ ਜੀ 288 ਬਲੇਡ ਨੇ ਇਹਦੇ ਵਿੱਚ ਹੁਣ ਇਹ ਜੋੜ ਕੇ ਬਲੇਡ ਪਾਉਣ ਲੱਗ ਗਏ ਤੁਹਾਨੂੰ ਦਿਖਾ ਦਿੰਦੇ ਹਾਂ ਅੱਗੇ ਸਿੰਗਲ ਸਿੰਗਲ ਬਲੇਡ ਹੁੰਦਾ ਸੀ ਹੁਣ ਡਬਲ ਬਲੇਡ ਆ ਜੀ ਅਤੇ ਇਹ 56 ਇੰਚੀ ਜਿਹੜਾ ਰੀਪਰ ਆ ਜੀ 3,50,000 ਦਾ ਏ ਅਤੇ 59 ਇੰਚ ਮਤਲਬ 60 ਇੰਚੀ ਹੈਗਾ 375 ਦਾ ਅਤੇ ਦੋਨਾਂ 'ਤੇ ਮੇਲਾ ਡਿਸਕਾਊਂਟ 10,000 ਚੱਲ ਰਿਹਾ ਠੀਕ ਆ ਜੀ ਅਤੇ ਇਹਦੇ 'ਤੇ ਤੁਸੀਂ ਸਬਸਿਡੀ ਵੀ ਲੈ ਸਕਦੇ ਹੋ ਸਬਸਿਡੀ ਅਪਰੂਵਲ ਆ ਤੁਸੀਂ ਸਬਸਿਡੀ ਭਰ ਕੇ ਉਹ ਤੁਹਾਡੀ ਕਿਸਮਤ ਦਾ ਸਬਸਿਡੀ ਨਿਕਲ ਆਵੇ ਗੇਅਰ ਵਾਈਜ਼ ਸਾਰਾ ਕੁਛ ਐਨ ਫੁੱਲ ਹੈਵੀ ਦੇ ਵਿੱਚ ਆ ਜੀ ਪੇਂਟ ਕੁਆਲਿਟੀ ਟੋਪ ਕਲਾਸ ਆ ਪੂਰੀ ਅੱਗੇ ਆ ਕੇ ਇਹਨਾਂ ਦੇ ਰੋਟਾਵੇਟਰ ਜੀ ਤੁਸੀਂ ਰੋਟਾਵੇਟਰ ਦੇਖ ਲਓ ਰੋਟਾਵੇਟਰ ਜਿਹੜੇ ਇਹਨਾਂ ਦੇ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਇਹ ਰੋਟਾਵੇਟਰ ਬਣਾਉਂਦੇ ਨੇ ਜੀ ਇਹਨਾਂ ਦੇ ਪ੍ਰਾਈਜ਼ ਹੈਗੇ ਨੇ 5 ਫੁੱਟ ਦਾ 1,10,000 ਅਤੇ 6 ਫੁੱਟ ਦਾ 1,20 7 ਫੁੱਟ ਦਾ 1,30 8 ਫੁੱਟ ਦਾ 1,40 9 ਦਾ 1,50 ਅਤੇ 10 ਦਾ 1,60 ਠੀਕ ਆ ਜੀ ਸਾਰੇ ਇਹ ਬਣਾਉਂਦੇ ਨੇ ਜਿਹੜਾ ਮਰਜ਼ੀ ਤੁਸੀਂ ਸਾਈਜ਼ ਲੈ ਸਕਦੇ ਹੋ ਅੱਗੇ ਆ ਗਿਆ ਇਹਨਾਂ ਦਾ ਜੀ ਸੁਪਰ ਸੀਡਰ 8 ਫੁੱਟਾ ਸੁਪਰ ਸੀਡਰ ਆ ਜੀ 2,76,000 ਦੀ ਇਹਦਾ ਪ੍ਰਾਈਜ਼ ਆ ਮੇਲੇ 'ਤੇ 10,000 ਡਿਸਕਾਊਂਟ ਆ ਜਿਹੜੇ ਬਲੇਡ ਨੇ ਤਾਏਵਾਨ ਦੇ ਬਲੇਡ ਪਾਉਂਦੇ ਨੇ ਪੂਰੇ ਟੋਪ ਕਲਾਸ
ਠੀਕ ਆ ਜੀ। ਸਟੇਨਲੈਸ ਸਟੀਲ ਦੀਆਂ ਇਹ ਤਵੇ ਨੇ ਜਿਹੜੇ ਮਤਲਬ ਚੱਲਦੇ ਨੇ, ਪਿੱਛੇ ਐਨ ਰੂਲਾ ਲੱਗਿਆ ਪਿਆ ਅਤੇ ਇਹਨਾਂ ਨੇ ਜਿਹੜਾ ਉਰੇ ਚੱਲਦਾ ਰੂਲਾ ਉਹਨੂੰ ਵੀ ਐਕਸਟਰਾ ਗੇਅਰ ਲਾਇਆ ਪਿਆ ਵੀ ਐਨ ਪੂਰਾ ਪ੍ਰੈਸ ਕਰਦਾ ਜਾਵੇ ਅਤੇ ਉਦੋਂ ਬਾਅਦ ਮਗਰ ਐਨ ਪੂਰੀ ਸਹੀ ਬਿਜਾਈ ਹੋਵੇ। ਠੀਕ ਆ ਜੀ। ਇਹ 'ਚ ਖਾਦ ਪੈਣੀ, ਇਹ 'ਚ ਬੀ ਪੈ ਜਾਣਾ, ਪੂਰਾ ਹੈਵੀ ਦੇ ਵਿੱਚ ਬਣਾਇਆ ਪਿਆ। ਇਹਨਾਂ ਨੇ ਵੀ ਜੀ ਵੈਕਿਊਮ ਮਸ਼ੀਨ ਬਣਾਤੀ ਹਵਾ ਵਾਲੀ ਦਸ਼ਮੇਸ਼ ਮਲੇਰਕੋਟਲਾ, ਅਤੇ ਇਹ ਵੀ ਸੇਮ ਉਹੀ ਚੀਜ਼ ਉੱਦਾਂ ਹੀ ਬਣਾਈ ਆ। ਪਰ ਇਹਨਾਂ ਦੇ ਜਿਹੜੇ ਬਕਸੇ ਨੇ, ਬਕਸੇ ਇਹ ਬਹੁਤ ਵੱਡੇ ਨੇ, ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ। ਇਹ ਵੀ ਸੇਮ ਸਾਰੀਆਂ ਫਸਲਾਂ ਬੀਜਦੀ ਆ, ਮੱਕੀ ਬਾ ਆਪਣੇ ਮੱਕੀ ਹੋ ਗਈ, ਸੂਰਜਮੁਖੀ, ਸਰੋਂ, ਮੂਲੀਆਂ, ਕੋਈ ਵੀ ਬੀਜ ਆ ਵਾ ਪਲੇਟਾਂ ਚੇਂਜ ਕਰੋ, ਸਾਰੀਆਂ ਫਸਲਾਂ ਬੀਜਦੀ ਆ। ਅਤੇ ਇਹਨੂੰ ਮਤਲਬ 50 HP ਟਰੈਕਟਰ 4x4 ਹੋਵੇ ਤਾਂ ਬਹੁਤ ਵਧੀਆ ਆਰਾਮ ਨਾਲ ਖਿੱਚਦਾ ਹੈ। 6-25 ਇਹਦੀ ਕੀਮਤ ਆ ਮੇਲੇ 'ਤੇ, ਤੁਹਾਨੂੰ 25,000 ਡਿਸਕਾਊਂਟ ਮਿਲਦਾ ਜੇ ਤੁਸੀਂ ਮੇਲੇ 'ਤੇ ਬੁੱਕ ਕਰਾਏਂਗੇ ਕਿਸੇ ਵੀ ਮੇਲੇ 'ਤੇ। ਠੀਕ ਆ ਜੀ। ਕੁਆਲਿਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ, ਬਹੁਤ ਵਧੀਆ ਕੁਆਲਿਟੀ ਆ ਜੀ। ਆਹ ਕੜਤੇ ਬੱਟ ਇਹਨਾਂ ਨੇ ਇਹ ਬਣਾਤੀ ਰਿਕਾਰਡ ਤੋੜ, ਮਤਲਬ ਜਿਵੇਂ ਹੌਲੈਂਡ ਬਾਹਰਲੀਆਂ ਮਸ਼ੀਨਾਂ ਆਉਂਦੀਆਂ ਨੇ ਉਹ ਚੀਜ਼। ਇਹ 4 ਵਾਲੀ ਮਸ਼ੀਨ ਆ, AC ਕੈਬਨ ਬੰਦ ਆ, ਤੁਹਾਨੂੰ ਕੈਬਨ ਵੀ ਦਿਖਾਉਂਦੇ ਹਾਂ। ਅਤੇ ਮੂਹਰੇ ਆ ਜਗਾੜ ਵੇਖੋ, ਇਹ 4 ਰੋ ਆਰਾਮ ਨਾਲ ਲੈ ਕੇ ਜਾਂਦੀ ਆ ਜੀ। ਅਤੇ ਐਂਡ 'ਤੇ ਇਹਦੀ ਕੀਮਤ ਵੀ ਤੁਹਾਨੂੰ ਦੱਸਾਂਗੇ। ਠੀਕ ਆ ਜੀ। 4x4 ਆ, ਦੇਖ ਸਕਦੇ ਹੋ। ਅਤੇ ਫਰੰਟ ਟਾਇਰ ਹੈਗੇ ਨੇ 18/4 16x28 ਦੇ, ਬੈਕ 'ਤੇ ਹੈਗੇ ਨੇ ਜੀ 9/5 20 ਦੇ। ਠੀਕ ਆ ਜੀ। ਅਤੇ AC ਕੈਬਨ ਆ, AC ਕੈਬਨ ਤੁਹਾਨੂੰ ਦਿਖਾਉਂਦੇ ਹਾਂ ਵਿੱਚ ਚੱਲ ਕੇ। ਇਹਦੇ ਵਿੱਚ ਵੀ ਇਹੀ AC ਕੈਬਨ ਆ ਸੇਮ, ਇਹਦਾ ਸਾਈਜ਼ ਥੋੜ੍ਹਾ ਵੱਡਾ ਏ, ਇਹਦਾ ਸਾਈਜ਼ ਥੋੜ੍ਹਾ ਛੋਟਾ, ਟਿਲਟ ਸਟੇਅਰਿੰਗ ਆ। ਠੀਕ ਆ ਜੀ। AC ਕੈਬਨ ਸਾਰਾ ਕੁਛ, ਲਾਈਟਾਂ ਲੂਟਾਂ ਪੂਰੀਆਂ, ਟੋਪ ਕਲਾਸ, ਜਿੱਦਾਂ ਤੁਸੀਂ ਮਰਜ਼ੀ ਚਲਾਈ ਚੱਲੋ। ਜਿਵੇਂ ਜਿਹੜੀਆਂ ਬਾਹਰਲੀਆਂ ਮਸ਼ੀਨਾਂ ਨੇ 2-2.5 crore ਦੀਆਂ ਆਉਂਦੀਆਂ ਨੇ, ਇਹਦੀ ਕੀਮਤ ਹੈਗੀ ਜੀ 45 lakh ਰੁਪਈਆ। ਠੀਕ ਆ ਜੀ। 4x4 ਆ, ਇਹ ਉਹ ਲਿਫਟ ਕੰਟਰੋਲ ਆ, ਤੁਸੀਂ ਦੇਖ ਸਕਦੇ ਹੋ। ਠੀਕ ਆ ਜੀ। ਇਹਨੇ ਉੱਪਰ ਉੱਠ ਕਰਨਾ ਜੇ ਤੁਸੀਂ ਕਿਤੇ ਵੀ ਲੈ ਕੇ ਜਾਣਾ। ਅਤੇ ਇਹ ਆ ਗਈ ਇਹਨਾਂ ਦੀ ਮਸ਼ੀਨ। ਇਹਦੇ ਨਾਲ ਤੁਹਾਨੂੰ ਕਟਰ ਮਿਲ ਰਿਹਾ ਜੀ ਮੱਕੀ ਵਾਲਾ, ਇਹਦੀ ਕੀਮਤ ਹੈਗੀ 46 lakh ਰੁਪਈਆ ਜੀ। ਇਹ ਤੁਸੀਂ AC ਕੈਬਨ ਵੀ ਲੈ ਸਕਦੇ ਹੋ, ਵਿਦਆਊਟ AC ਕੈਬਨ ਵੀ ਲੈ ਸਕਦੇ ਹੋ, 4x4 ਵੀ ਲੈ ਸਕਦੇ ਹੋ ਅਤੇ ਸਿੰਪਲ ਵੀ ਲੈ ਸਕਦੇ ਹੋ। ਠੀਕ ਆ ਜੀ। 8.5 lakh ਦਾ ਤਾਂ ਇਹ ਕਟਰ ਆ, ਉਹ 'ਚੋਂ 50,000 ਡਿਸਕਾਊਂਟ ਆ, ਮਤਲਬ 8 lakh ਦਾ ਕਟਰ ਆ, ਤਾਂ 46 lakh ਦੀ ਕੰਬਾਈਨ 'ਚ ਤੁਸੀਂ ਘਟਾ ਕੇ 38 lakh ਦੀ ਰਹਿ ਗਈ। ਉੱਗਰ ਆ, ਤੁਸੀਂ ਟਾਈਮ 'ਤੇ ਖੋਲ੍ਹ ਸਕਦੇ ਹੋ, ਪਹਿਲਾਂ ਖੋਲ੍ਹਣ ਦੀ ਲੋੜ ਨਹੀਂ। ਇਹਨੂੰ ਜੈੱਕ ਲੱਗਿਆ ਪਿਆ ਜਿਵੇਂ ਬਾਹਰਲੀਆਂ ਮਸ਼ੀਨਾਂ ਨੇ, ਉਹ ਚੀਜ਼ ਬਣਾਇਆ ਪਿਆ। ਠੀਕ ਆ ਜੀ। SMS ਇਹਨੂੰ ਲੱਗਿਆ ਪਿਆ, SMS ਕੰਪਨੀ ਵੱਲੋਂ ਲੱਗ ਕੇ ਆਉਂਦਾ ਹੈ। ਪੂਰੀ ਐਨ ਮਤਲਬ ਬਹੁਤ ਸੋਧ ਕੇ, ਬਹੁਤ ਵਧੀਆ ਡਿਜ਼ਾਇਨਿੰਗ ਕਰੀ ਹੋਈ ਆ। ਅਤੇ ਜਿਹੜਾ ਉਰੇ ਬੈਲਟਾਂ ਬੁਲਟਾਂ ਨੇ ਕਟਰ ਦੇ, ਇਹ ਵੀ ਸਾਰੀਆਂ ਕਵਰ ਕਰੀਆਂ ਹੋਈਆਂ ਨੇ। ਕੋਈ ਵੀ ਚੀਜ਼ ਇਹ ਨਹੀਂ ਤੁਹਾਨੂੰ ਵੀ ਨੰਗੀ ਪਊ ਮਿਲੂਗੀ। ਠੀਕ ਆ ਜੀ। ਇਹਦੇ ਟਾਇਰ 18/30 ਦੇ ਨੇ, ਪਿਛਲੇ ਹੈਗੇ ਨੇ ਇਹਦੇ ਟਾਇਰ ਜੀ। ਇਹ ਜਿਵੇਂ 2 wheel ਖੜੀ ਆ, ਤੁਸੀਂ 4 wheel ਲੈਣੀ ਆ, 4 wheel ਵੀ ਲੈ ਸਕਦੇ ਹੋ। 916 ਹੈ, ਮੂਹਰੇ 18/30 ਦੇ ਨੇ। ਇਹ ਸਾਰੇ ਇੰਪਲੀਮੈਂਟ ਸੀ ਦਸ਼ਮੇਸ਼ ਮਲੇਰਕੋਟਲਾ। ਤੁਹਾਨੂੰ ਦੰਨੇ ਇਹਨਾਂ ਦਾ ਕਨੈਕਟ ਨੰਬਰ, ਜੇ ਤੁਸੀਂ ਕੋਈ ਵੀ ਚੀਜ਼ ਲੈਣੀ ਆ ਤਾਂ ਇਸ ਨੰਬਰ 'ਤੇ ਕਨੈਕਟ ਕਰ ਸਕਦੇ ਹੋ। ਮਲੇਰਕੋਟਲਾ ਉਹਦੇ ਰਾਏਕੋਟ ਨੂੰ ਰੋਡ ਜਾਂਦਾ ਮਲੇਰਕੋਟਲਾ, ਅਤੇ ਉੱਥੇ ਦਸ਼ਮੇਸ਼ ਗਰੁੱਪ ਵਾਲਿਆਂ ਦਾ ਫੈਕਟਰੀ ਆ, ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਕੋਈ ਵੀ ਤੁਸੀਂ ਚੀਜ਼ ਲੈਣੀ ਆ ਤਾਂ ਤੁਸੀਂ ਉਹ ਲੈ ਸਕਦੇ ਹੋ, ਸਾਰੀਆਂ ਟੋਪ ਕੁਆਲਿਟੀ ਆਉਂਦੀਆਂ ਨੇ ਇਹਨਾਂ ਦੀਆਂ। ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ। ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ।